ਸਬਾ ਪਤਾ ਮੇਰਾ ਸਾਲਾ ਭੱਜਦਾ ਹੈ ਗੱਲ ਸੁਣੋ ਮੇਰੀ ਸਾਰੀ ਤੁਸੀਂ ਹੁਣ ਬੈਠੇ ਹੋਗੇ ਸਬੱਬ ਬਣਦਾ ਹੋਇਆ ਤਾਂ ਭਾਈ ਇਹਨਾਂ ਦੇ ਸਮਝੋ ਆਪਣਾ ਬਜਦਾ ਤਾਂ ਇੱਥੇ ਕਿਤੇ ਬਣਤਾ ਆਪਣਾ ਵੱਡਾ ਵੀਰ ਭਰਾ ਆਪਣਾ ਆਪਾਂ ਤਾਂ ਇਹਨਾਂ ਦੇ ਘਰ ਮੂਰਤੀ ਕੱਢ ਲਿਆ ਮੋਟਰਸਾਈਕਲ ਭਾਈ ਇੱਧਰ ਗੱਲ ਸੁਣਨ ਵਾਲੀ ਆ ਗੱਲ ਸੁਣਨ ਵਾਲੀ ਆ ਕੁੜੀ ਹਾਂ ਅਸਾਂ ਵੀ ਉੱਧਰ ਦੀ ਮੋਟਰਸਾਈਕਲ ਕੱਢਿਆ ਹੋਇਆ ਇਹ ਸਮਝ ਆਪਣੇ ਪ੍ਰੀਤ ਜੀ ਇਹ ਬਸ ਬਾਰੇ ਆ ਗਏ ਆਧਾਰ ਕਾਰਡ ਵਾਲਾ ਨਾਮ ਲੈਂਦਾ ਜਵਾਕਾਂ ਦਾ ਆਧਾਰ ਕਾਰਡ ਵਾਲਾ ਸਤਿ ਸ੍ਰੀ ਅਕਾਲ ਵੀ ਤੁਸੀਂ ਉਰੇ ਕਿਵੇਂ ਇਹ ਕਦੀ ਆਜੋ ਜੀ ਤੁਸੀਂ ਅੰਦਰ ਆਜੋ ਚਾਹ ਬਣੀ ਪਈ ਆ ਚਾਹ ਪੀ ਕੇ ਜਾਇਓ ਠੀਕ ਹੈ ਤੇ ਮਾਸ ਦਾ ਸਨਾਮ ਜਾਣਿਆ ਭਾਈ ਇਹ ਕਹਿੰਦੀ ਵੀ ਦੇਖ ਮੈਂ ਵੀ ਸਨਾਮ ਜਾਣਾ ਮਾਂ ਫਿਰ ਤੂੰ ਦੇਖ ਰਿਸ਼ਤੇਦਾਰਾਂ ਦਾ ਫਾਇਦਾ ਕੀ ਹੋਇਆ ਅਸੀਂ ਸਨਾਮ ਜਾਂਦੇ ਹਾਂ ਮਹਾਂ ਨਾਲ ਭਾਈ ਆਪਣੇ ਆਹ ਗੰਜ ਇੰਦਰ ਆਪਣਾ ਠੀਕ ਆ ਮਾਂ ਚੱਲ ਕੋਈ ਨਾ ਜਿੰਦਰ ਬਚਾ ਲੈ ਇਹ ਮਾਗਰ ਠੀਕ ਹੈ ਅਸੀਂ ਭਾਈ ਉੱਥੇ ਸਨਾਮ ਬਾਗੇ ਹੁਣ ਨਾਜਰਾ ਰਿਸ਼ਤੇਦਾਰ ਨੇ ਆਖਰ ਨੂੰ ਐਡੀ ਰਿਸ਼ਤੇਦਾਰੀ ਆ ਮੇਰੇ ਯਾਰ ਅਸਾਂ ਭਾਈ ਉੱਥੇ ਚਾਹ ਲੱਗ ਗਏ ਪੀਣ ਬਸ ਉਧਰੋਂ ਇਹ ਆ ਗਏ ਬਸ ਭਾਈ ਇਹਨੂੰ ਗੱਲ ਨੂੰ ਕਿਵੇਂ ਮਰਜ਼ੀ ਬਣਾ ਲਾ ਹੁਣ ਚੱਕ ਭਾਈ ਹੁਣ ਤੇਰੇ ਕੰਨੀ ਹੋ ਗਈ ਗੱਲ ਹੁਣ ਦੱਸ ਗਿਆ ਗੱਲ ਸੁਣੋ ਮੇਰੀ ਹਟ ਜਾ ਹੁਣ ਚੁੱਪ ਕਰ ਹਾਂ ਇੱਕ ਮਿੰਟ ਮੇਰੇ ਛੱਤ ਤੇ ਹੱਥ ਧਰਕੇ ਬੋਲ ਵੀ ਝੂਠ ਨਹੀਂ ਬੋਲਦਾ ਕਹਿੰਦਾ ਕਹਿੰਦਾ ਮਰਜੂ ਪਰਾਂ ਇਹੋ ਜਿਹਾ ਕਹਿੰਦਾ ਜਾ ਧਰੇ ਤੇ ਹੱਥ ਧਰਕ ਕਿ ਮੈਂ ਸੱਚ ਜੋ ਬੋਲੂੰ ਸੱਚ ਬੋਲੂੰ ਜੋ ਬੋਲੂੰ ਅੱਜ ਤੱਕ ਹੁਣ ਤੱਕ ਸੱਚ ਹੀ ਬੋਲਿਆ ਬਾਬੇ ਨੇ ਬਸ 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 ਕਹਿੰਦਾ ਉੱਥੇ ਗੱਲ ਕੀ ਹੋਈ ਉੱਥੇ ਵੀ ਗੱਲ ਤੁਹਾਨੂੰ ਮੈਂ ਦੱਸਦਾ ਕੀ ਹੋਈ ਉੱਥੇ ਇਹ ਕਹਿੰਦੀ ਐ ਕਰਕੇ ਵੀ ਘਰੇ ਭਾਈ ਵੀ ਇਹ ਮੈਨੂੰ ਕਹਿੰਦੀ ਜੀ ਵੀ ਘਰੇ ਕਲੇਸ਼ ਵਾਲਾ ਰਹਿੰਦਾ ਵੀ ਲੜਾਈ ਵਾਲੀ ਆ ਘਰੇ ਹਾਏ ਓਏ ਬੇੜਾ ਬੈ ਜਾ ਵਾ ਚੁਗਲ ਖੋਰਨੀ ਦਾ ਮੈਂ ਇਹਨੂੰ ਕਿਹਾ ਮਾ ਪਾਏ ਸੁਣ ਲੋ ਗੱਲ ਸੁਣ ਲੋ ਮਹਾ ਇਹ ਕਰਦੇ ਆਪਾਂ ਭਾਈ ਵੀ ਕੋਈ ਸਿਆਣਾ ਹੈਗਾ ਆਪਣੀ ਨਿਗਾਹ ਚ ਵੀ ਆਪਾਂ ਚੱਲ ਪਾਣੀ ਕਰਾ ਲਿਆ ਤੂੰ ਸੱਟਾ ਦੇ ਦਾ ਕਰੀ ਘਰੇ ਆਹ ਗੱਲ ਹੋਈ ਜਾਂਦੀ ਸੀ ਇਹਨੇ ਉੱਥੇ ਆ ਕੇ ਸਾਡਾ ਜਲੂਸ ਕੱਢਦਾ ਸਾਡੀ ਤਾਂ ਉੱਥੇ ਗੱਲ ਸੁਣ ਲਓ ਮੈਨੂੰ ਤਵੀਤ ਦੱਸਿਆ ਸਾਡੇ ਘਰੋਂ ਮੇਰਾ ਤੇ ਕਰਾਉਂਦੀ ਫਿਰਦੀ ਆ ਮੇਰੇ ਤੇ ਦੇਖ ਲਓ ਫਿਰ ਕਿ ਤੂੰ ਕਿਹੜਾ ਮਰ ਗਿਆ ਜਿਉਣਾ ਫਿਰ ਤਵੀਤਾ ਨੇ ਕੀਤਾ ਤੁਹਾਡਾ ਹੱਕ ਕੀ ਆ ਮੇਰੇ ਘਰੇ ਜਾਣ ਦਾ ਮੈਨੂੰ ਇਹ ਦੱਸ ਨਾ ਬਾਈ 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 ਜੇ ਮੈਂ ਕੋਈ 19 ਕੀ ਕਰ ਜਾਂਦਾ ਭਾਈ ਮੇਰੇ ਜਵਾਕ ਦਾ ਕੌਣ ਜ਼ਿੰਮੇਵਾਰ ਸੀ ਹੱਟ ਦਾ ਜਵਾਕ ਸੋਨੇ ਵਰਗੇ ਜਵਾਕ ਤੂੰ ਮਰ ਜਾ ਤੂੰ ਤਾਂ ਹੁਣ ਮਰ ਜਾ ਹੁਣ ਮਰ ਜਾ ਤੂੰ ਗੱਲ ਤਾਂ ਸੁਣ ਲੈ ਯਾਰਾ ਹੁਣ ਐ ਕਰੋ ਠੀਕ ਹੈ ਇਹ ਤਾਂ ਲੱਸੀ ਦੇ ਲੜਾਈ ਨੂੰ ਕਿੰਨੀ ਮਰਜ਼ੀ ਬਣਾ ਲਓ ਮੇਰੀ ਸੁਣੋ ਹੁਣ ਮੇਰੀ ਸੁਣੋ ਮੇਰੀ ਗੱਲ ਇੱਕ ਨਮੇੜਨੇ ਦੀ ਗੱਲ ਹਾਂ ਨਮੇੜਨੇ ਦੀ ਮੈਂ ਨਮੇੜੂ ਹਾਂ ਨਮੇੜਨ ਬੈਠੋ ਬੈਠੋ ਹੀ ਬੈਠੋ ਪਹਿਲਾਂ ਬੈਠੋ ਬੈਠ ਕੇ ਗੱਲ ਕਰੋ ਸੌ ਹੱਥ ਰਸਾ ਸਿਰੇ ਤੇ ਗੰਡਾ ਸੰਦੀਪ ਬੋਲ ਯਾ ਤੂੰ ਇੱਥੇ ਆਈ ਬਹਿ ਗਿਆ ਹਟ ਜਾ ਹਟ ਗਿਆ ਆ ਕੌਣ ਹਟ ਓਏ ਖੜ ਜਾ ਕੁੜੀਏ ਇੱਥੇ ਤਾਂ ਭਰੀ ਪੰਚਾਇਤ ਬੈਠੀ ਹੈ ਹਾਂ ਬਈ ਬੋਲ ਕੰਮ ਦੱਸ ਗੱਲ ਕੀ ਆ ਦੇਖੋ ਭੈਣ ਜੀ ਮੇਰੀ ਗੱਲ ਸੁਣੋ ਭੈਣ ਜੀ ਇੱਧਰ ਗੱਲ ਸੁਣ ਲਓ ਮੇਰੀ ਮੈਂ ਬੈਠਾ ਉਰੇ ਹਾਂ ਮੈਂ ਦਾਤਾਂ ਲੈਣ ਗਿਆ ਮੜਾ ਜਾ ਛੇੜ ਤੇ ਬੈਠਿਆ ਕੇ ਮੋਟਰਸਾਈਕਲ ਤੇ ਫੁੱਟਰ ਹੋ ਗਏ ਇਹਨਾਂ ਦਾ ਹੱਕ ਕੀ ਹੈ ਮੇਰੇ ਕੀ ਕਰਾਂ ਮੈਂ ਤਾਂ ਕੁਝ ਦੇਖਿਆ ਨਹੀਂ ਮੈਨੂੰ ਪਤਾ ਨਹੀਂ ਠੀਕ ਹੈ ਬਾਗੇ ਠੀਕ ਗੱਲ ਤਾਂ ਸੁਣ ਲਓ ਬਾਗੇ ਜੇ ਉੱਥੇ ਮੇਰੇ ਬੰਦੇ ਮਾਰ ਦਿੰਦੇ ਇਹਨਾਂ ਨੂੰ ਕੌਣ ਜ਼ਿੰਮੇਵਾਰ ਸੀ ਗੱਲ ਮੇਰੇ ਤੇ ਆਉਂਦੀ ਮੇਰੇ ਤਾਂ ਬੰਦੇ ਹੁਈ ਵਾਲੇ ਦਾਲੇ ਫਿਰਦੇ ਰਹਿੰਦੇ ਨੇ ਪਿੰਡਾਂ 'ਚ ਫੇਰਿਆਂ ਨੂੰ ਲੈਣਗੇ 20 ਰੁਪਏ ਦਾ ਮੰਜਨ ਨਹੀਂ ਲਿਆਂਦਾ ਜਾਂਦਾ ਇੱਥੋਂ ਹੁਣ ਤੁਸੀਂ ਗੱਲ ਨਮੇੜਨ ਦੀ ਨਮੇੜਨ ਦੀ ਗੱਲ ਇਹ ਆ ਹਾਰ ਲਿਆਂਦੇ ਮੈਂ ਜਾਂ ਤਾਂ ਕਰੇਵਾ ਕਰਾ ਦਿਓ ਨਹੀਂ ਫਿਰ ਇਹਨਾਂ ਨੂੰ ਦੋਨਾਂ ਨੂੰ ਸੂਏ ਚ ਸਿੱਟੂ ਵੱਢ ਕੇ ਜ਼ਮੀਨ ਇਹਦੇ ਨਾਂ ਕਰਾ ਪ੍ਰੀਤ ਉਹਦੇ ਬਸ ਗੱਲ ਨਿਬੜੀ ਆਪਣੀ ਤਾਂ ਹਾਈ ਆ ਇਧਰ ਲੜਾਈ ਪਈ ਖੜਦਾ ਤੇ ਸਾਲਿਆ ਪਈ ਗਰੁੱਪਾਂ ਚ ਫਿਰਦੇ ਨੇ ਰਾਤ ਦੇ ਤਾਂ ਤੁਰੇ ਫਿਰਦੇ ਨੇ ਸੁਣ ਲੋ ਯਾਰਾ ਹਾਂ ਮੈਂ ਸਪਰੇ ਪੀਣਾ ਪੀ ਲੈ ਓਏ ਪੀ ਲੈਣ ਦੇ ਤੈਨੂੰ ਮੈਂ ਦੇਣਾ ਦੇਖਣ ਤਿਆਰ ਕਰਕੇ ਓਏ ਮੇਰੇ ਸਾਲੇ ਛੱਡਦਾ ਚਬਾਲਿਆ ਇਹਦੀ ਨਹੀਂ ਜਾਣਾ ਪਊ ਉਹ ਸੰਗਰੂਰ
ਗੱਲ ਆਇਆ ਭਾਈ ਦੇਖੋ ਇਹ ਕਰੇ ਤੂੰ ਬਾਬਾ ਗੁਰੂ ਚੁੱਪ ਕਰਵਾ ਗੱਲ ਮਰਾਵਿਆ ਸਾਰਾ ਤੇਰੇ ਸਾਪੇ ਸੜੇ ਹੋਏ ਨੇ ਤੂੰ ਗਾਲਾਂ ਕਰੇਵਾ ਹਾਂ ਗਾਲਾਂ ਕਰੇਵਾ ਮੇਰੇ ਪੁੱਤ ਦੀ ਸੋਚ ਨਹੀਂ ਤੈਨੂੰ ਕੰਜਰਾ ਅੰਬੋ ਗੱਲ ਚੋਰਾ ਨਾ ਹੋਵੇ ਅੰਬੋ ਚੁੱਪ ਕਰ ਅੰਬੋ ਗੱਲ ਉਹ ਮੁੰਡਾ ਆ ਗਿਆ ਓਏ ਮੁੰਡਾ ਆ ਗਿਆ ਛੱਡੀ ਪਾ ਭਾਈ ਜਾ ਥੋੜਾ ਸਮਾਂ ਛੋ ਓਰੇ ਬੇਟਾ ਛੱਡੀ ਪਾ ਭਾਈ ਬਣ ਕਰੇ ਦੇਖ ਬੈਠੋ ਰੇ ਪੁੱਤਾਂ ਇਹੋ ਜਿਹਾ ਕਦਮ ਨਹੀਂ ਚੱਕਣਾ ਇਹ ਤਾਂ 2 ਸਾਲਾਂ ਨੂੰ ਹੁਣ ਮਰ ਜੂ ਓ ਤੂੰ ਮੇਰੇ ਸੜਾ ਨਮਰੇੜ ਦਾ ਗੱਲ ਪਤਾ ਮੈਂ ਮੇਰਾ ਇਹ ਤਾਂ ਪੈਰੀਆਂ ਹੱਥ ਲਵਾ ਦੋ ਗੱਲ ਨੇ ਬੜਦੂ ਨਹੀਂ ਬੜਦੂ ਮੈਂ ਪੈਰੀ ਹੱਥ ਨਹੀਂ ਲਾਉਂਦਾ ਨਾ ਫਿਰ ਸੁਣਦਾ ਮੇਰੀ ਫਿਰ ਹਾਂ ਦੱਛ ਨਾ ਤਾਂ ਪੈਰੀ ਹੱਥ ਨਾ ਮੱਜ ਨਾ ਨਾ ਮੈਂ ਕੱਲ ਬੇਸ ਬੜਦਾ ਨਹੀਂ ਫਿਰ ਰੱਖ ਲੈ ਬੈਠ ਬੈਠ ਰੱਖ ਲੈ ਫਿਰ ਉਰੇ ਬੈਠ ਤੂੰ ਹੱਥ ਫੜਦਾ ਹੱਥ ਫੜਦਾ ਤੂੰ ਭਰੀ ਪਰਦੇ ਹੱਥ ਫੜਦਾ ਤੂੰ ਤੂੰ ਹੱਥ ਫੜਦਾ ਭਰੀ ਪਰਦੇ ਹੱਥ ਜਾ ਓ ਮੁੰਡਾ ਮਰ ਚੱਕਰੇ ਕਰ ਤੂੰ ਕਾਕੇ ਨੂੰ ਫੋਨ ਲਾ ਤੇਰੀ ਕਾਕੇ ਨੂੰ ਫੋਨ ਲਾ ਮੁੰਡਾ ਮਰ ਜੂ ਓ ਮੁੰਡਾ ਮਰ ਜੂ ਓ ਪੁਜਾਤਾ ਓ ਪੁਜਾਤਾ ਕਾਕੇ ਨੂੰ ਫੋਨ ਲਾ ਕਰਾਂ ਓ ਕਿਟ ਕੇ ਮਦਦ ਸੀ ਬੈਠੋ ਪਹਿਲਾਂ ਬੈਠੋ ਯਾਰ ਬੈਠੋ ਬੈਠੋ ਓਏ ਦੌਰਾ ਪੁਰਾਣੀ ਲੈ ਵਪੜਾ ਕਰਾ ਸਿੰਪਲ ਖੂਬ ਆ ਗਿਆ ਪੂਰੇ ਵਾਲੀ ਸੇ ਕੰਜਰਾ ਓਪਨ ਦੌਰਾ ਹੱਥ ਪਰ ਬੜੀ ਪੁੱਤੇ ਚਾਤ ਪਾਣੀ ਲੈ ਓਏ ਕੀ ਹੋ ਗਿਆ ਪਾਣੀ ਨਾਟਕ ਨਾ ਕਰ ਤੈਨੂੰ ਮਿੱਟੂ ਵਾਲੇ ਦੇ ਦਾਖਲਾ ਕਰਾ ਦੇਣਗੇ ਬਣ ਲੈਣਗੇ ਸੰਗਲਾਂ ਨਾਲ ਦਲੋਟ ਹੋ ਜਾ ਮੇਰੀ ਗੱਲ ਸੁਣ ਦੇਖ ਮੇਰੀ ਗੱਲ ਸੁਣ ਤੂੰ ਮੂੰਹੋਂ ਮਾਫੀ ਮੰਗ ਲੈ ਮੈਥੋਂ ਮੈਂ ਮੁੜ ਵੱਡੇ ਭਾਈ ਲਾਜ ਰੱਖਦੇ ਪੰਚਾਇਤ ਚਾਈ ਨਹੀਂ ਕਰਦੇ ਹੁੰਦੇ ਕੋਈ ਨਾ ਕੋਈ ਨਾ 2 ਲੱਖ ਰੁਪਏ ਤੂੰ ਮੇਰੇ ਪੈਰੀ ਹੱਥ ਲਾ ਮੈਂ ਨਹੀਂ ਲਾਉਂਦਾ ਮੇਰੀ ਗੱਲ ਸੁਣੋ ਚੜਾ ਉੱਠ ਕੇ ਆਪਾਂ ਤਾਂ ਚੱਲੋ ਉੱਥੇ ਇਹ ਤਾਂ ਭੜਕ ਗਏ ਹੁਣ ਚੱਲੋ ਰੋ ਚੱਲੋ ਕਿਰਾ ਹੁਣ ਬੰਤ ਨਹੀਂ ਮਸ਼ੀਨਾਂ ਨਹੀਂ ਡਿੱਗ ਪੁੱਤੇ ਗਲਤ ਫੜਾ ਗਿਆ